धन गुरु नानक साहिब जी, धन गुरु नानक साहिब जी, बिच सिद्धां चेला जी, आपे गुर चेला। वाह वाह हो गोविंद सिंह जी, आपे गुर चेला। वाह वाह हो गोविंद सिंह जी, आपे गुर चेला। वाह वाह हो गोविंद सिंह जी, आपे गुर चेला। वाह वाह हो गोविंद सिंह जी, आपे गुर चेला। वाह वाह हो गोविंद सिंह जी, Thank you.
शस्त्र वस्त्र पहने, सिंगा शस्त्र वस्त्र पहने, शस्त्र वस्त्र पहने, सिंगा शस्त्र वस्त्र पहने, सिंगा शस्त्र वस्त्र पहने, सिंगा शस्त्र वस्त्र पहने, शस्त्र वस्त्र पहने, सिंगा शस्त्र वस्त्र पहने, हो गए लालो लाल अनंतपुर होता हो लाल।
ਨੇਰਾ ਪੈ ਗਿਆ। बस 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 आप तो आज मैं कितने भी नहीं आया मैं था Thank you.
सिंह जी, धन धन गुरु गोबिंद 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 जी, धन धन गुरु गोबिंद जी, धन धन गुरु गोबिंद सिंह 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 जी, धन धन गुरु गोबिंद सिंह, धन धन गुरु गोबिंद सिंह जी, धन धन गुरु गोबिंद सिंह जी, धन गोबिंद सिंह जी, धन धन गुरु गोबिंद सिंह जी। वाहेगुरु 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 वा
ਸਿੱਖੀ ਵਾਹੇ ਰੰਗ ਦਾ ਮੇਰਾ ਸੰਗ ਦੇ ਝੂਟਾ ਸਿੱਖੀ ਵਾਲੇ ਰੰਗ ਦਾ ਲੈਲਾ ਸੰਗ ਤੇ ਝੂਟਾ ਸਿੱਖੀ ਵਾਲੇ ਰੰਗ ਦਾ ਲੈਲਾ ਸੰਗ ਤੇ ਝੂਟਾ ਸਿੱਖੀ ਵਾਲੇ ਰੰਗ ਦਾ ਨੋ ਸੱਚ ਨਾ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਮੁੱਖੋਂ ਸੀ ਨਾਲ ਚਾਰੀ
ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਨ ਤੇ ਅਸਹਿਆ ਕਹਿ ਕਟ ਸਹਾਰਦੇ ਹੋਏ ਸ਼ਹੀਦ ਹੋਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਇਹਨਾਂ ਸ਼ਹੀਦ ਸਿੰਘਾਂ ਸਿਮਣੀਆਂ ਭੁਜੰਗੀਆਂ ਦੀ ਕਾਮਣ ਪਵਿੱਤਰ ਕਮਾਈ ਕਾ ਤੇ ਅੰਦਰ ਬੋਲਣਾ ਜੀ। ਪੰਜਾਂ ਤਖਤਾਂ ਸਮੂਹ ਗੁਰਦੁਆਰਿਆਂ ਗੁਰਧਾਮਾਂ ਜੀ ਕੀ ਕਾਮਣ ਪਵਿੱਤਰ ਕਮਾਈ ਕਾ ਤੇ ਅੰਤਰ ਬੋਲਣਾ ਜੀ। ਰਥਨੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿੱਤ ਆਵੇ ਨਾਮ ਚਿੱਤ ਆਉਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਦੇਵ ਤੇਗ ਫਤਿਹ। ਦਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਵਾਲੇ ਸਤਿ ਸ੍ਰੀ ਅਕਾਲ ਪੁਰਖ ਸਾਹਿਬ ਜੀਆਂ ਕਾ ਤੇ ਅੰਦਰ ਬੋਲਣਾ ਜੀ। ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਵਿਸਾਹ ਦਾਨ ਕੇਸ ਦਾਨ ਨਾਮ ਦਾਨ ਦਾਨਾ ਸਿਰ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ। ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਇਹਨਾਂ ਤੋਂ ਖਾਲਸਾ ਪੰਥ ਨੂੰ ਵੀ ਜੋੜਿਆ ਗਿਆ ਹੈ ਜੀ। ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ਿਸ਼ ਕਰੋ ਜੀ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਦੀਆਂ ਦੇ ਪਾਵਨ ਪਵਿੱਤਰ ਚਰਣਾ ਕਵਲਾਂ ਪਾਸ ਅਰਦਾਸ ਬੇਨਤੀ ਅਰਜੋ ਦੜੀ ਹੈ ਜੀ ਦਰ ਤੇ ਪ੍ਰਵਾਨ ਕਰਨੀ। ਗਰੀਬ ਨਿਵਾਸ ਸਤਿਗੁਰੂ ਆਪ ਜੀਆਂ ਦੀ ਛਤਰ ਛਾਇਆ ਹੇਠ ਧੰਨ ਧੰਨ ਕਲਗੀ ਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਆਗਮਨ ਗੁਰਪੁਰਬ ਦੀਆਂ ਖੁਸ਼ੀਆਂ ਅੰਦਰ ਸਰਬੱਤ ਸੰਗਤਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਚਰਨਾਂ ਦਾ ਓਟ ਤੇ ਆਸਰਾ ਲੈ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ। ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀਆਂ ਦੀ ਅਪਾਰ ਕਿਰਪਾ ਮੇਰੇ ਰਹਿਮ ਧੋਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੀ ਛਤਰ ਛਾਇਆ ਹੇਠ ਸਰਬੱਤ ਸਿੱਖ ਸੰਗਤਾਂ ਸੇਵਾਦਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਨਗਰ ਦੀਆਂ ਪਰਿਕਰਮਾ ਕਰਦਿਆਂ ਹੋਇਆਂ ਕੀਰਤਨ ਕਰਦਿਆਂ ਹੋਇਆਂ ਹਰੀ ਜਸ ਕਰਦਿਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਪਾਵਨ ਦਰਬਾਰ ਤੇ ਪਹੁੰਚੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਸਿੱਖ ਸੰਗਤਾਂ ਕੋਲੋਂ ਨਗਰ ਕੀਰਤਨ ਦੇ ਵਿੱਚ ਗੁਰਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹਾਜ਼ਰੀ ਭਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੋਂ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਸਿੱਖ ਸੰਗਤਾਂ ਨੇਮੀਆਂ ਪ੍ਰੇਮੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੇ ਪਵਿੱਤਰ ਸਤਿਕਾਰ ਕਰਦਿਆਂ ਹੋਇਆਂ ਭੇਟਾਂ ਮਾਂ ਅਰਪਣ ਕੀਤੀਆਂ ਨੇ। ਸਾਰੀਆਂ ਸੰਗਤਾਂ ਦੀਆਂ ਭੇਟਾਂ ਮਾਂ ਸੇਵਾਵਾਂ ਦਾਤੇ ਪ੍ਰਵਾਨ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਮਨੋ ਕਾਮਨਾਵਾਂ ਭਾਵਨਾਵਾਂ ਪੂਰਨ ਕਰਨੀਆਂ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋ ਗਏ ਵਾਲੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਸਰਬੱਤ ਦੇ ਕਾਰਜ ਰਾਸ ਕਰਨੇ ਗਰੀਬ ਨਿਵਾਸ ਸਤਿਗੁਰੂ ਜੀਓ ਇਹਨਾਂ ਖੁਸ਼ੀਆਂ ਦੇ ਅੰਦਰ ਬਖਸ਼ਿਸ਼ ਕੀਤੀਆਂ ਦਾਤਾਂ ਦੇ ਵਿੱਚੋਂ
ਅੰਚਾਵਲ ਕੜਾ ਪ੍ਰਸ਼ਾਦੀਆਂ ਦੇ ਗਾਂ ਸਜਾ ਕੇ ਹਾਜ਼ਰ ਕੀਤੀਆਂ ਨੇ ਜੀ। ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿੰਜਨ ਵਿਸ਼ਟਾਏ, ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਗੋ ਭੋਗ ਹਰ ਰਾਈ। ਸਤਿਗੁਰੂ ਜੀ ਉਹ ਭੋਗ ਲਾਗੋ, ਭੋਗ ਲੱਗੇ ਪ੍ਰਸਾਦ, ਸਿੱਖ ਸੰਗਤਾਂ ਦੇ ਵਿੱਚ ਵਰਤਨ ਦੀ ਆਗਿਆ ਹੋਵੇ ਜੀ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ। ਗਰੀਬ ਨਿਵਾਸ ਸਤਿਗੁਰੂ ਜੀ ਸਰਬੱਤ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲੇ ਕਦਮ ਲੇਖੇ ਚ ਲਗਾਉਣੇ, ਨਾਮ ਦਾਨ ਇਸ਼ਨਾਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਤਿਲ ਫੁਲ ਭੇਟਾਵਾਂ ਦਰਗੇ ਪ੍ਰਵਾਨ ਕਰਨੀਆਂ, ਖਜ਼ਾਨੇ ਭੰਡਾਰੇ ਭਰਪੂਰ ਕਰਨੇ, ਸਿੱਖ ਸੰਗਤਾਂ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰੋ ਜੀ। ਇਸੇ ਤਰ੍ਹਾਂ ਆਪ ਜੀਆਂ ਦੇ ਜੋੜ ਮੇਲੇ ਮਨਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਬਾਲ ਬੁੱਧੀ ਸਮਰੱਥਾ ਬਖਸ਼ਿਸ਼ ਕਰਨੀ, ਸਰਬੱਤ ਦੇ ਸਿਰ ਤੇ ਮਿਹਰ ਦਾ ਭਰਿਆ ਹੱਥ ਰੱਖਣਾ ਸਤਿਗੁਰੂ ਜੀਓ। ਚੱਲ ਰਹੇ ਗੁਰਬਾਣੀ ਦੇ ਪ੍ਰਵਾਹ ਵਿੱਚੋਂ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ। ਸੇਈ ਪਿਆਰਿਆਂ ਦਾ ਮੇਲ ਕਰਨਾ, ਜਿਨ੍ਹਾਂ ਮਿਲਿਆ ਜੀਆਂ ਦਾ ਪਵਿੱਤਰ ਨਾਮ ਚੇਤਾ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।